ਹਾਂਜੀ, ਮੈਂ ਆਦਿਲ ਜਮਾਲ, ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬੀ। ਤੇ ਲਓ ਜੀ, ਤੁਹਾਡੇ ਲਈ ਲੈ ਕੇ ਆਇਆ ਮੈਂ ਖਾਸ ਖਾਸ ਖਬਰਾਂ। ਤੇ ਖਬਰਾਂ ਸ਼ੁਰੂ ਕਰਦੇ ਹਾਂ। ਕੋਰੋਨਾ ਵਾਇਰਸ ਦੀ ਜਿਹੜੀ ਗਿਣਤੀ ਆਈ ਤਕਰੀਬਨ ਕੱਲ੍ਹ ਦੇ ਬਰਾਬਰ ਹੀ ਸੀ, ਲੇਕਿਨ ਇਹਦੇ ਵਿੱਚ ਪੋਜ਼ਿਟਿਵ ਥਿੰਗ ਇਹ ਹੈ ਕਿ ਪੋਜ਼ਿਟਿਵ ਕੇਸਿਸ ਜਿਹੜੇ ਨੇ, ਬੰਦੇ ਜਿਹੜੇ ਠੀਕ ਹੋਏ ਨੇ, ਜਿਹੜੇ ਸਿਹਤਯਾਬ ਹੋਏ ਨੇ, ਉਹ ਕੱਲ੍ਹ ਨਾਲੋਂ ਜ਼ਿਆਦਾ ਹੋਏ ਨੇ, ਬਿਹਤਰ ਹੋਏ ਨੇ। ਅਤੇ ਲੰਬਾਰਦੀ ਦੇ ਵਿੱਚ ਕੇਸਿਸ ਜਿਹੜੇ ਨੇ ਉਹ ਘੱਟ ਰਹੇ ਨੇ, ਸਲੋ ਡਾਊਨ ਹੋ ਰਹੇ। ਜਿਹੜੇ ਬੰਦੇ ਹੋਸਪਿਟਲਾਈਜ਼ ਹੋ ਰਹੇ ਸੀ, ਜਿਹੜੇ ਬੰਦੇ ਨਵੇਂ ਬਿਮਾਰ ਸੀ, ਪ੍ਰੋਂਤੋ ਸਕੋਰਸ ਹੋ, ਇਹਨਾਂ ਚੀਜ਼ਾਂ ਤੋਂ ਰਸ਼ ਘੱਟ ਰਿਹਾ, ਯਾਨੀ ਕਿ ਲੰਬਾਰਦੀ ਦੇ ਵਿੱਚ ਇਹ ਘੱਟ ਜਾਂਦਾ ਰਸ਼, ਅਤੇ ਸਾਰੇ ਇਟਲੀ ਦੇ ਵਿੱਚ ਬੰਦਾ ਕਹਿ ਸਕਦਾ ਕਿ ਰਸ਼ ਘਟੇਗਾ। ਅਤੇ ਯੂਰਪੀਅਨ ਯੂਨੀਅਨ ਨੇ 1 ਬਿਲੀਅਨ ਯੂਰੋ ਦੀ ਏਡ ਦਾ ਕਿਹਾ, ਜਿਹੜਾ ਕਿ ਉਹ ਜਿਹੜੀ ਕਿ ਇਨਫੈਕਟਿਡ ਕੰਟਰੀਆਂ ਨੇ, ਜਿਹੜੀਆਂ ਕਿ ਕੰਟਰੀਆਂ ਨੂੰ ਨੁਕਸਾਨ ਹੋਇਆ ਇਕੋਨੋਮਿਕਲੀ, ਉਹਨਾਂ ਨੂੰ ਇਮਦਾਦ ਕੀਤੀ ਜਾਏਗੀ। ਸਭ ਤੋਂ ਪਹਿਲਾ ਨੰਬਰ ਹੋਵੇਗਾ ਇਟਲੀ ਦਾ, ਕਿਉਂਕਿ ਸਭ ਤੋਂ ਪਹਿਲੇ ਇਹ ਇਨਫੈਕਸ਼ਨ ਆਇਆ ਇਟਲੀ ਦੇ ਵਿੱਚ ਸੀ, ਔਰ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਫੈਲੀ ਇਟਲੀ ਦੇ ਵਿੱਚ ਸੀ, ਇਸ ਕਰਕੇ ਸਭ ਤੋਂ ਪਹਿਲੇ ਇਟਲੀ ਦੀ ਇਮਦਾਦ ਕੀਤੀ ਜਾਏਗੀ। ਅਤੇ ਅੱਜ ਆਈਸੋਲੇਸ਼ਨ ਵਿੱਚ ਤਕਰੀਬਨ ਅੱਧੀ ਦੁਨੀਆ ਨਾਲੋਂ ਜ਼ਿਆਦਾ ਜਿਹੜਾ ਲੋਕ ਨੇ, ਸਾਰੀ ਦੁਨੀਆ 'ਤੇ ਅੱਧੀ ਦੁਨੀਆ ਨਾਲੋਂ ਜ਼ਿਆਦਾ ਆਈਸੋਲੇਸ਼ਨ ਵਿੱਚ ਹੈ। ਜ਼ਿਆਦਾਤਰ ਯਾਨੀ ਕਿ ਅੱਧੀ ਦੁਨੀਆ ਜਿਹੜੀ ਹੈ ਆਈਸੋਲੇਸ਼ਨ ਵਿੱਚ ਹੈ, ਲਾਕਡਾਊਨ ਵਿੱਚ ਚੱਲ ਰਿਹਾ ਹੈ ਸਾਰੀ ਦੁਨੀਆ, ਅੱਧੀ ਦੁਨੀਆ। ਅਤੇ ਅੱਜ ਜਿਹੜੀ ਇੰਪਸ ਦੀ ਵੈਬਸਾਈਟ ਹੈ, 4 PM ਤੱਕ ਤਕਰੀਬਨ 1.5 ਮਿਲੀਅਨ ਰਿਕੁਐਸਟ 'ਤੇ ਰਿਸੀਵ ਕਰ ਚੁੱਕੀ ਹੈ, ਯਾਨੀ ਕਿ 15 ਲੱਖ ਰਿਕੁਐਸਟ 'ਤੇ ਉਹਨਾਂ ਨੂੰ ਰਿਸੀਵ ਹੋ ਚੁੱਕੇ ਨੇ ਅੱਜ ਤੱਕ, ਅੱਜ 4 PM ਤੱਕ, ਜਿਹੜੇ ਕਿ 600 ਯੂਰੋ ਦੇ ਦਮਾਂਦ ਦੇ ਨੇ। ਅਤੇ ਕੁਛ ਇਟਾਲੀਅਨ ਨੇ ਜਿਹੜੇ ਕਿ ਥਾਈ ਏਅਰਪੋਰਟ 'ਤੇ ਅੜੇਕੇ ਲੱਗੇ ਹੋਏ ਨੇ, ਕਿਉਂਕਿ ਫਿਲਹਾਲ ਯੂਰਪੀਅਨ ਕੰਟਰੀਆਂ ਵਿੱਚ ਕੋਈ ਵੀ ਫਲਾਈਟ ਆ ਰਹੀ ਹੈ ਨਾ ਜਾ ਰਹੀ ਹੈ, ਇਸ ਕਰਕੇ ਕੁਛ ਇਟਾਲੀਅਨ ਜਿਹੜੇ ਨੇ ਉਹ ਮੁਸ਼ਕਲਾਂ ਵਿੱਚ ਨੇ, ਜਿਹੜੇ ਕਿ ਥਾਈ ਏਅਰਪੋਰਟ 'ਤੇ ਇਟਾਲੀਅਨ ਗੌਰਮੈਂਟ ਦੇ ਮਦਦ ਦੇ ਮੁੰਤਜ਼ਰ ਨੇ। ਅਤੇ ਹਾਈ ਸਕੂਲਸ ਵਗੈਰਾ ਲਈ ਅਨਾਊਂਸਮੈਂਟ ਹੋਈ ਹੈ ਕਿ ਜਿਹੜੇ ਹਾਈ ਸਕੂਲ ਦੇ ਜਿਨ੍ਹਾਂ ਨੇ ਡਿਪਲੋਮਾ ਹਾਸਲ ਕਰਨਾ ਹੈ, ਉਹਨਾਂ ਦੇ ਲਈ ਲਾਜ਼ਮੀ ਹੋ ਗਿਆ ਕਿ ਉਹ 18 ਮਈ ਤੋਂ ਉਹ ਪ੍ਰੈਜੈਂਟ ਰਹਾਂ ਕਲਾਸਰੂਮ ਦੇ ਵਿੱਚ, ਕਿਉਂਕਿ ਇਹਨਾਂ ਦੇ ਅੱਗੋਂ ਇਗਜ਼ਾਮ ਵਗੈਰਾ ਸ਼ੁਰੂ ਹੋਣੇ ਨੇ। ਅਤੇ ਰਸ਼ੀਆ ਨੇ ਦਾਅਵਾ ਕੀਤਾ ਹੈ, ਰਸ਼ੀਆ ਦੇ ਸਾਇੰਸਟਿਸਟ ਜਿਹੜੇ ਨੇ ਉਹਨਾਂ ਨੇ ਦਾਅਵਾ ਕੀਤਾ ਹੈ, ਸਾਇੰਸਦਾਨ ਜਿਹੜੇ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ 30 ਦਿਨਾਂ ਦੇ ਵਿੱਚ ਇਸ ਬਿਮਾਰੀ ਦਾ ਤੋੜ ਢੂੰਡਣਗੇ, ਔਰ ਇਸ ਬਿਮਾਰੀ ਦੀ ਵੈਕਸ ਜਿਹੜੀ ਹੈ ਮੈਡੀਸਿਨ ਬਣਾਉਣਗੇ ਔਰ ਪੇਸ਼ ਕਰਨਗੇ 30 ਦਿਨਾਂ ਦੇ ਅੰਦਰ ਅੰਦਰ। ਅਤੇ ਅਮੈਰੀਕਾ ਦੇ ਵਿੱਚ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਵੱਧ ਗਈ ਹੈ, ਕੁਛ ਦਿਨਾਂ ਦੇ ਵਿੱਚ ਹੀ ਉੱਥੇ 66 ਲੱਖ ਤੋਂ ਪਲੱਸ ਬੰਦਾ ਜਿਹੜਾ ਕੰਮ ਤੋਂ ਬਿਨਾਂ ਹੋ ਗਿਆ। ਅਤੇ ਅਨਇੰਪਲੋਇਮੈਂਟ ਇਸੇ ਤਰ੍ਹਾਂ ਸਾਰੇ ਯੂਰਪ ਦੇ ਵਿੱਚ ਵੀ ਵਧੀ ਹੋਈ ਹੈ ਬਹੁਤ ਜ਼ਿਆਦਾ, ਕਿਉਂਕਿ ਲਾਕਡਾਊਨ ਚੱਲ ਰਿਹਾ ਸਾਰੀ ਦੁਨੀਆ ਦੇ ਉੱਤੇ, ਖਾਸ ਕਰ ਯੂਰਪ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਇਨਫੈਕਟ ਕੀਤਾ ਹੈ। ਅਤੇ ਇਸ ਕਰਕੇ ਯੂਰਪ ਦੇ ਵਿੱਚ ਵੀ ਲੱਖਾਂ ਦੇ ਹਿਸਾਬ ਨਾਲ ਹਰ ਕੰਟਰੀ ਦੇ ਵਿੱਚ ਬੰਦੇ ਕੰਮ ਤੋਂ ਬਿਨਾਂ ਨੇ। ਅਤੇ ਆਖਰੀ ਖਬਰ ਸ਼ੇਅਰ ਕਰਾਂਗਾ ਤੁਹਾਡੇ ਨਾਲ ਕਿ ਜਰਮਨ ਦੇ ਵਿੱਚ ਸਪਾਗੇਤੀ ਦੀ ਪਾਸਤੇ ਦੀ ਕਮੀ ਹੋ ਗਈ ਸੀ, ਇਸ ਕਰਕੇ ਇਟਲੀ ਨੇ ਕਈ ਹਜ਼ਾਰਾਂ ਪੈਕਟ ਜਿਹੜੇ ਨੇ ਸਪਾਗੇਤੀ ਦੇ ਪਾਸਤੇ ਦੇ ਜਰਮਨ ਨੂੰ ਜਜ਼ਬਾ ਖੈਰ ਸਗਾਲੀ ਲਈ ਭੇਜੇ ਨੇ। ਇਟਲੀ ਨੇ ਇਮਦਾਦ ਭੇਜੀ ਹੈ ਜਰਮਨ ਨੂੰ ਪਾਸਤੇ ਦੀ। ਤੇ ਲਓ ਜੀ, ਇਹ ਸੀ ਅੱਜ ਦੀਆਂ ਖਬਰਾਂ, ਉਮੀਦ ਹੈ ਵਧੀਆ ਲੱਗੀਆਂ ਹੋਣਗੀਆਂ ਤੁਹਾਨੂੰ। ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ, ਅਤੇ ਮਿਲਾਂਗੇ ਅਗਲੀ ਵੀਡੀਓ ਵਿੱਚ। ਰੱਬ ਰੱਖਾ।